ਇੱਕ ਪਾਸੇ ਤਾਂ ਸੰਗਰੂਰ ਤੋਂ ਅਕਾਲੀ ਦਲ ਤੋਂ ਨਾਰਾਜ਼ ਚੱਲ ਰਹੇ ਸੁਖਦੇਵ ਸਿੰਘ ਢੀਂਡਸਾ ਨੇ ਸਾਫ ਮਨਾ ਕਰ ਦਿੱਤਾ ਹੈ ਕਿ ਉਹ ਅਕਾਲੀ ਦਲ ਵੱਲੋਂ ਚੋਣ ਨਹੀਂ ਲੜਨਗੇ ਤੇ ਉਹਨਾਂ ਨੇ ਇਹ ਵੀ ਕਹਿ ਦਿੱਤਾ ਹੈ ਕਿ ਮੈਂ ਪਰਵਿੰਦਰ ਨੂੰ ਵੀ ਮਨਾ ਕੀਤਾ ਹੈ ਕਿ ਉਹ ਚੋਣ ਨਾ ਲੜੇ। ਪਰ ਦੂਜੇ ਪਾਸੇ ਪਰਵਿੰਦਰ ਸਿੰਘ ਢੀਂਡਸਾ ਇਸ ਗੱਲ ਨੂੰ ਲੈ ਕੇ ਦੁਬਿਧਾ 'ਚ ਫਸੇ ਹੋਏ ਨੇ ਕਿ ਉਹ ਪਾਰਟੀ ਪ੍ਰਧਾਨ ਨੂੰ ਖੁਸ਼ ਕਰਨ ਜਾਂ ਪਿਤਾ ਦੀ ਗੱਲ ਮੰਨਣ। ਪਰਮਿੰਦਰ ਢੀਂਡਸਾ ਦਾ ਕਹਿਣਾ ਹੈ ਕਿ ਉਹ ਚੋਣ ਲੜਨਾ ਨਹੀਂ ਚਾਹੁੰਦੇ ਪਰ ਪਾਰਟੀ ਦੀ ਵੀ ਮੰਨ ਸਕਦੇ ਨੇ। ਮੈਂ ਚਾਹਵਾਨ ਨਹੀਂ ਸੀ, ਜੋ ਅਲਟੀਮੇਟਲੀ ਤਾਂ ਜੋ ਪਾਰਟੀ ਨੇ ਕਰਨਾ ਉਹ ਕਰਨਾ ਹੈਗਾ, ਠੀਕ ਹੈ, ਤੇ ਉਹ ਹੁਣ ਦੇਖਦੇ ਹਾਂ ਕੀ ਪਾਰਟੀ ਕੀ ਫੈਸਲਾ ਕਰਦੀ ਹੈ। ਧਿਆਨਯੋਗ ਹੈ ਕਿ ਜ਼ਿਲ੍ਹਾ ਬਰਨਾਲਾ 'ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲੋਕ ਸਭਾ ਚੋਣਾਂ ਨੂੰ ਮੱਦੇਨਜ਼ਰ ਹਲਕੇ 'ਚ ਪਾਰਟੀ ਵਰਕਰਾਂ ਦੇ ਨਾਲ ਮਿਲਣੀ ਪ੍ਰੋਗਰਾਮ ਦੌਰਾਨ ਸ਼ਿਰਕਤ ਕੀਤੀ ਤੇ ਇਸ ਮੌਕੇ ਪਰਵਿੰਦਰ ਸਿੰਘ ਢੀਂਡਸਾ ਵੀ ਉੱਥੇ ਮੌਜੂਦ ਸੀ ਤੇ ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਸਮੇਂ ਉਹਨਾਂ ਨੇ ਆਪਣਾ ਪੱਖ ਰੱਖਿਆ। ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਵਿਧਾਇਕ ਪਰਵਿੰਦਰ ਢੀਂਡਸਾ ਨੇ ਕਿਹਾ ਕਿ ਉਹਨਾਂ ਦਾ ਲੋਕ ਸਭਾ ਚੋਣਾਂ ਲੜਨ ਦਾ ਕੋਈ ਇਰਾਦਾ ਨਹੀਂ ਹੈ, ਹਾਲਾਂਕਿ ਜੇ ਪਾਰਟੀ ਕਹਿੰਦੀ ਹੈ ਤਾਂ ਉਹ ਚੋਣ ਲੜ ਵੀ ਸਕਦੇ ਨੇ। ਹੁਣ ਦੇਖਣਾ ਇਹ ਹੋਵੇਗਾ ਕਿ ਪਰਵਿੰਦਰ ਢੀਂਡਸਾ ਪਿਤਾ ਤੋਂ ਭਾਗੀ ਹੁੰਦੇ ਨੇ ਜਾਂ ਪਾਰਟੀ ਪ੍ਰਧਾਨ ਨੂੰ ਖੁਸ਼ ਕਰਦੇ ਨੇ। ਜੇ ਪਾਰਟੀ ਨੇ ਕਿਹਾ ਵੀ ਹੋਰ ਕੋਈ ਚਾਰਾ ਨਹੀਂ, ਫਿਰ ਤਾਂ ਲੜਨੀ ਪੈਣੀ। ਢੀਂਡ ਸਾਹਿਬ ਨੇ ਜ਼ਰੂਰ ਇਹ ਗੱਲ ਕਹੀ ਹੈ ਵੀ ਜੀ ਇਹ ਜਿਹੜਾ ਹੈ ਚੋਣ ਜੇ ਨਾ ਲੜੀ ਜਾਵੇ ਬਿਹਤਰ ਹੈ, ਉਹਨਾਂ ਨੇ ਇਹ ਗੱਲ ਕਹੀ ਹੈ। ਬਾਕੀ ਤੁਸੀਂ ਉਹਨਾਂ ਦਾ ਬਿਆਨ ਵੀ ਪੜ੍ਹਿਆ, ਉਹਨਾਂ ਨੇ ਕਿਹਾ ਵੀ ਹੁਣ ਪਰਮਿੰਦਰ 5 ਵਾਰੀ MLA ਬਣ ਗਿਆ, ਉਹ ਆਪਦਾ ਫੈਸਲਾ ਆਪ ਕਰ ਸਕਦਾ। ਸੋ ਮੈਂ ਹਜੇ ਜਿੱਥੋਂ ਤੱਕ ਤਾਂ ਫੈਸਲੇ ਦੀ ਗੱਲ ਹੈ, ਮੈਂ ਆਪਦੀਆਂ ਭਾਵਨਾਵਾਂ ਸਾਰੀਆਂ ਲੀਡਰਸ਼ਿਪ ਨੂੰ ਦੱਸਤੀਆਂ ਸੀ, ਹੁਣ ਅੱਗੇ ਪਾਰਟੀ ਨੇ ਫੈਸਲਾ ਲੈਣਾ। ਮਤਲਬ ਮੈਂ ਖੁਦ ਨਹੀਂ ਹੈ, ਮੈਂ ਲੜਨ ਦਾ ਖੁਦ ਆਪ ਮੇਰੀ ਕੋਈ ਇੱਛਾ ਨਹੀਂ। ਮੈਂ MLA ਹੈਗਾ, ਦੇਖੋ ਗੱਲ ਸੁਣੋ, ਮੈਂ MLA ਹਾਂ, ਠੀਕ ਹੈ, MLA ਅਤੇ ਦੀ ਇੱਛਾ ਵੀ ਹੁੰਦੀ ਹੈ ਬੰਦਾ ਸਟੇਟ ਪੋਲੀਟਿਕਸ 'ਚ ਰਹੇ। ਸੋ ਇਸ ਕਰਕੇ ਕੋਈ ਵੀ MLA ਪੰਜਾਬ ਦਾ ਕਿਹੜਾ ਦੱਸੋ MLA ਜਿਹੜਾ ਲੜਨਾ ਚਾਹੁੰਦਾ, ਪਰ ਹਜੇ ਕੋਈ ਉਹਦੇ ਤਾਂ ਕੋਈ ਦੇਖੋ ਅਲਟੀਮੇਟਲੀ ਪਾਰਟੀ ਨੇ ਫੈਸਲਾ ਕਰਨਾ ਉਹ 'ਤੇ, ਇਹ 'ਤੇ ਮੈਂ ਹੁਣ ਕੋਈ ਟਿੱਪਣੀ ਨਹੀਂ ਕਰ ਸਕਦਾ। ਚੌਂਕੀਦਾਰ ਉਹਨੇ ਕੋਈ ਅਮੀਰ ਗਰੀਬ ਦੀ ਗੱਲ ਤਾਂ ਇੱਥੇ ਹੈ ਨਹੀਂ। ਚੌਂਕੀਦਾਰ ਦਾ ਮਤਲਬ ਇਹ ਨਹੀਂ ਵੀ ਗਰੀਬ ਜਾਂ ਅਮੀਰ ਦਾ, ਉਹਦਾ ਕਹਿਣਾ ਵੀ ਜਿਹੜਾ ਬੰਦਾ ਜਿਹੜਾ ਹੈ ਤੁਹਾਡੇ ਭਵਿੱਖ ਦਾ ਅਤੇ ਤੁਹਾਡੇ ਸਰਮਾਏ ਦਾ ਰਾਖਾ ਕਰੇ ਉਹਨੂੰ ਉਸ ਲਹਿਜ਼ੇ 'ਚ ਕਿਹਾ ਉਹਨਾਂ ਨੇ। ਕੋਈ ਇਹਦਾ ਮਤਲਬ ਇਹ ਨਹੀਂ ਵੀ ਮਤਲਬ ਚੌਂਕੀਦਾਰ ਵੀ ਪ੍ਰਧਾਨ ਮੰਤਰੀ ਦੇ ਤੌਰ 'ਤੇ ਉਹ ਦੇਸ਼ ਦੇ ਭਵਿੱਖ ਦਾ ਅਤੇ ਦੇਸ਼ ਦਾ ਜਿਹੜਾ ਸਰਮਾਇਆ ਉਹਦੀ ਰਾਖੀ ਕਰ ਰਹੇ। ਇਨਕੁਆਇਰੀ ਹੋਣੀ ਚਾਹੀਦੀ ਹੈ, ਕਰੇ ਇਨਕੁਆਇਰੀ, ਜਿਹੜੀ ਹੈ ਇਲੈਕਸ਼ਨ ਕਮਿਸ਼ਨ ਨੂੰ ਵੀ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਅਤੇ ਪੰਜਾਬ ਸਰਕਾਰ ਵੀ ਇਨਕੁਆਇਰੀ ਕਰਾਵੇ ਉਹਦੇ ਬਾਰੇ, ਅਸੀਂ ਇਲੈਕਸ਼ਨ ਕਮਿਸ਼ਨ ਨੂੰ ਟੇਕਅਪ ਕਰੇ ਦੇਣੀ। ਦੂਜੇ ਪਾਸੇ ਜਦੋਂ ਮੀਡੀਆ ਨੇ ਇਹ ਸਵਾਲ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਢੀਂਡਸਾ ਸਾਹਿਬ ਮੇਰੇ ਪਿਤਾ ਸਮਾਨ ਨੇ। ਮੇਰੇ ਤਾਂ ਪਿਤਾ ਹੈਗੇ ਸਮਾਨ ਹੈਗੇ, ਮੈਂ ਜਿਹੜਾ ਹੈਗਾ ਮੈਂ ਤੁਹਾਨੂੰ ਜਾਂਦਾ ਹੀ ਰਹਿਣਾ, ਮੱਥਾ ਵੀ ਟੇਕਦਾ ਜਦੋਂ। ਮੇਰਾ ਮਤਲਬ ਹੈ ਤੁਸੀਂ ਐਵੇਂ ਜਾਣ ਕੇ ਪੰਗੇ ਲੈਣੋਂ ਹਟਦੇ ਨਹੀਂ। ਚੱਕਦੇ TV ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ। ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈੱਲ ਆਈਕਨ 'ਤੇ ਕਲਿੱਕ ਕਰਨਾ ਨਾ ਭੁੱਲਿਓ।